जी आम आदमी पार्टी के मुखी है वो संविधान बदल दिया जिहड़ियां गल्लां करता रहिंदा नवा नवा चा चढ़िया लीडरी का बेचारी को पता है नहीं वो संविधान के खिलाफ ही बोली जाती है। ਕਿਹੜੇ ਲਫ਼ਜ਼ ਜੀ ਸਰ ਜਿਹੜੇ ਉਹਨੇ ਬੋਲੇ ਨੇ ਗਗਨ ਅਨਮੋਲ ਦੀ ਤੁਸੀਂ ਗੱਲ ਕਰਦੇ ਪਏ ਹੋ ਕਿਹੜੇ ਲਫ਼ਜ਼ ਜੀ ਜਿਹੜੇ ਉਹਨੇ ਸੰਵਿਧਾਨ ਦੇ ਬਰਖਲਾ ਬੋਲੇ ਨੇ ਪਿਛਲੇ ਦਿਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀਆਂ ਹੋਈਆਂ ਨੇ ਇਸ ਸਮੇਂ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਨੂੰ ਆਪਸ ਵਿੱਚ ਲੜਾਉਣ ਦਾ ਯਤਨ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦੀਪਦਮਨ ਟੀਵੀ ਚੈਨਲ ਅੱਜ ਅਸੀਂ ਮੋਗੇ ਦੇ ਇਸ ਚੌਂਕ ਵਿੱਚ ਖੜੇ ਹਾਂ ਜਿੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਅਕਾਲੀ ਦਲ ਵੱਲੋਂ ਜਿਹੜਾ ਕਿ ਪੁਤਲਾ ਫੂਕਿਆ ਗਿਆ ਗਗਨ ਅਨਮੋਲ ਦਾ ਇਹਨਾਂ ਨੂੰ ਪੁੱਛਣ ਦਾ ਯਤਨ ਕਰਦੇ ਹਾਂ ਵੀ ਇਹ ਪੁਤਲਾ ਫੂਕਣ ਦੇ ਪਿੱਛੇ ਕਾਰਨ ਕੀ ਸੀ ਭਾਈ ਸਾਹਿਬ ਸਭ ਤੋਂ ਪਹਿਲਾਂ ਸਾਡੇ ਦੀਪਦਮਨ ਟੀਵੀ ਚੈਨਲ 'ਤੇ ਜੀ ਆਇਆਂ ਧੰਨਵਾਦ ਜੀ ਮੈਂ ਲਾਲ ਸਿੰਘ ਸੁਲਹਾਣੀ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਅੱਜ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੇ ਪੂਰੇ ਪੰਜਾਬ ਦੀਆਂ 117 ਅਸੈਂਬਲੀ ਸੀਟਾਂ 'ਤੇ ਆਮ ਆਦਮੀ ਪਾਰਟੀ ਦਾ ਪੁਤਲਾ ਜਲਾਇਆ ਕਿਉਂਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਇਆ ਪੂਰੇ ਪੰਜਾਬ ਦੇ ਵਿੱਚ ਗੰਗੂਵਾਦੀ ਮਨੂਵਾਦੀ ਤਾਕਤਾਂ ਬੁਖਲਾਈਆਂ ਹੋਈਆਂ ਘਬਰਾਹਟ ਵਿੱਚ ਹੈ ਔਰ ਤਰ੍ਹਾਂ ਤਰ੍ਹਾਂ ਦੀ ਮਨਸੂਬਾਬੰਦੀ ਕਰਕੇ ਇਸ ਗੱਠਜੋੜ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਜਦੋਂ ਸੀਟਾਂ ਦੀ ਵੰਡ ਹੋਈ ਤਾਂ ਘਬਰਾਹਟ 'ਚ ਬੁਖਲਾਹਟ 'ਚ ਆ ਕੇ ਕਾਂਗਰਸ ਪਾਰਟੀ ਦੇ ਰਵਨੀਤ ਬਿੱਟੂ ਜੀ ਜਿਹੜੇ ਮੈਂਬਰ ਪਾਰਲੀਮੈਂਟ ਹੈ ਔਰ ਕਾਂਗਰਸ ਦੇ ਸੀਨੀਅਰ ਆਗੂ ਹੈ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਔਰ ਚਮਕੌਰ ਸਾਹਿਬ ਦੀਆਂ ਸੀਟਾਂ ਪਵਿੱਤਰ ਅਪਵਿੱਤਰ ਕਹਿ ਕੇ ਦੱਬੇ ਕੁਚਲੇ ਸਮਾਜ ਦਾ ਅਪਮਾਨ ਕੀਤਾ ਔਰ ਉਸ ਤੋਂ ਬਾਅਦ ਹਰਦੀਪ ਪੁਰੀ ਜੀ ਜਿਹੜੇ ਸੈਂਟਰ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਹੈ ਉਹਨਾਂ ਨੇ ਵੀ ਇਹੀ ਦੁਹਰਾਇਆ ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਜਿਹੜੇ ਗੁਰਸਿੱਖ ਹੈ ਔਰ ਗੁਰਮਤ ਵਿਚਾਰਧਾਰਾ ਅਨੁਸਾਰ ਉਹਨਾਂ ਦੇ ਮੂੰਹ ਇਹ ਗੱਲ ਸ਼ੋਭਾ ਨਹੀਂ ਸੀ ਦਿੰਦੀ ਪਰ ਉਹਨਾਂ ਨੇ ਵੀ ਇਸੇ ਨੂੰ ਰਿਪੀਟ ਕੀਤਾ ਤਾਂ ਮੈਂ ਸਮਝਦਾ ਇਹ ਬੁਖਲਾਟ ਦੀ ਨਿਸ਼ਾਨੀ ਹੈ ਹੁਣ ਆਮ ਆਦਮੀ ਪਾਰਟੀ ਜਿਹੜੀ ਲੰਬੇ ਸਮੇਂ ਤੋਂ ਸੰਵਿਧਾਨ ਵਿਰੋਧੀ ਗਤੀਵਿਧੀਆਂ 'ਚ ਲੱਗੀ ਹੋਈ ਹੈ ਔਰ ਸੰਵਿਧਾਨ ਜਿਹੜਾ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਮੁਖੀ ਹੈ ਉਹ ਸੰਵਿਧਾਨ ਬਦਲ ਦੀਆਂ ਜਿਹੜੀਆਂ ਗੱਲਾਂ ਕਰਦਾ ਰਹਿੰਦਾ ਹਮੇਸ਼ਾ ਤਾਂ ਅੱਜ ਉਹਨਾਂ ਦੀ ਸੀਨੀਅਰ ਆਗੂ ਕੋਈ ਨੱਚਣ ਗਾਉਣ ਵਾਲੀ ਕੁੜੀ ਹੈ ਉਹ ਨਵੀਂ ਨਵੀਂ ਲੀਡਰ ਬਣੀ ਹੈ ਅਤੇ ਉਹ ਖਰੜ ਤੋਂ ਉਹਨੂੰ ਇੰਚਾਰਜ ਬਣਾਇਆ ਸ਼ਾਇਦ ਮੋਰਿੰਡੇ ਤੋਂ ਜਾਂ ਖਰੜ ਤੋਂ ਅਤੇ ਉਹ ਬੜਾ ਮਤਲਬ ਬੁਖਲਾਟ ਚਾਈ ਹੋਈ ਹੈ ਕਿਉਂਕਿ ਨਵਾਂ ਨਵਾਂ ਉਹਨੂੰ ਚਾਅ ਚੜਿਆ ਲੀਡਰੀ ਦਾ ਅਤੇ ਵਿਚਾਰੀ ਨੂੰ ਪਤਾ ਹੈ ਨਹੀਂ ਉਹ ਸੰਵਿਧਾਨ ਦੇ ਖਿਲਾਫ ਹੀ ਬੋਲੀ ਜਾਂਦੀ ਹੈ ਔਰ ਇੰਨੀ ਭੱਦੀ ਭਾਸ਼ਾ ਵਰਤੀ ਉਹਨੇ ਸੰਵਿਧਾਨ ਗਲਤ ਬਣਿਆ ਸੰਵਿਧਾਨ ਤੋਂ ਇਹਦੇ ਨਾਲ ਬਹੁਜਨ ਸਮਾਜ ਦੇ ਹਿੱਤਾਂ ਨੂੰ ਦਿਲਾਂ ਨੂੰ ਠੇਸ ਲੱਗੀ ਹੈ ਕਿਹੜੇ ਕਿਹੜੇ ਲਫ਼ਜ਼ ਜੀ ਸਰ ਜਿਹੜੇ ਉਹਨੇ ਬੋਲੇ ਨੇ ਗਗਨ ਅਨਮੋਲ ਦੀ ਤੁਸੀਂ ਗੱਲ ਕਰਦੇ ਪਏ ਹੋ ਕਿਹੜੇ ਲਫ਼ਜ਼ ਜੀ ਜਿਹੜੇ ਉਹਨੇ ਸੰਵਿਧਾਨ ਦੇ ਬਰਖਲਾ ਬੋਲੇ ਨੇ ਸੰਵਿਧਾਨ ਗਲਤ ਹੈ ਜੀ ਸੰਵਿਧਾਨ ਗਲਤ ਬਣਾਇਆ ਗਿਆ ਜੀ ਇਦੋਂ ਵੱਧ ਕੀ ਮਤਲਬ ਸ਼ਬਦਾਵਲੀ ਕਿਹੜੀਆਂ ਵਰਤੂਗੀ ਜੇ ਉਹ ਜਿਹੜੇ ਮਨੁੱਖ ਨੇ ਸੰਵਿਧਾਨ ਬਣਾਇਆ ਜਾਂ ਜਿਹੜੀਆਂ ਸ਼ਖਸੀਅਤਾਂ ਨੇ ਸੰਵਿਧਾਨ ਬਣਾਇਆ ਇਹ ਉਹ ਦੁਨੀਆ ਦੇ ਬਾਅਦ ਵਿੱਚ ਸਭ ਤੋਂ ਵੱਧ ਪੜ੍ਹੇ ਹੋਏ ਮਤਲਬ ਲੋਕ ਹੈ ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਹੈ ਅਤੇ ਉਹ ਵਿਚਾਰੀ ਮਤਲਬ ਸੰਵਿਧਾਨ ਬਾਰੇ ਜਾਣਦੀ ਤਾਂ ਕੁਛ ਹੈ ਨਹੀਂ ਅਤੇ ਉਗਾੜਾ ਨਹੀਂ ਉਹਨੂੰ ਪਤਾ ਪਰ ਉਹ ਨਵੀਂ ਨਵੀਂ ਲੀਡਰ ਬਣ ਰਹੀ ਹੈ ਅਤੇ ਸੰਵਿਧਾਨ ਦੇ ਖਿਲਾਫ ਬੋਲੀ ਜਾਂਦੀ ਹੈ ਇਸ ਕਰਕੇ ਅਸੀਂ ਅੱਜ ਚੇਤਾਵਨੀ ਵਜੋਂ ਪੂਰੇ 117 ਹਲਕਿਆਂ 'ਚ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਭਗਵੰਤ ਮਾਨ ਜੀ ਨੂੰ ਅਸੀਂ ਚੇਤਾਵਨੀ ਦੇਣ ਵਾਸਤੇ ਆਏ ਹਾਂ ਕਿ ਐਸੀ ਜਿਹੜੀ ਬੜਬੋਲੀ ਨੇਤਾ ਤੁਹਾਡੀ ਉਹਨੂੰ ਪਾਰਟੀ 'ਚੋਂ ਕੱਢੋ ਜੇ ਤੁਸੀਂ ਸੰਵਿਧਾਨ ਦਾ ਸਨਮਾਨ ਕਰਦੇ ਹਾਂ ਤਾਂ ਅਤੇ ਅਦਰਵਾਈਜ਼ ਅਸੀਂ 20 ਤਰੀਕ ਨੂੰ ਸ਼੍ਰੀ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਦੇ ਸੰਗਰੂਰ ਵਾਲੇ ਘਰ ਦਾ ਘਿਰਾਓ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਉਹਨਾਂ ਨੂੰ ਚੇਤਾਵਨੀ ਦੇਣ ਜਿਵੇਂ ਬਹੁਜਨ ਸਮਾਜ ਪਾਰਟੀ ਜਿਹੜੀ ਆ
अकाली दल नाल जिहड़ी आ जुड़ चुकी आ। पिछले दिन ही गुरु ग्रंथ साहिब महाराज के बेअदबियां हुई ने। इस समय जिहड़े पिंडां दे लोक सी ओह कहिंदे सी श्रोमणी अकाली दल नूं जिहड़ा पिंडां विच वड़ नहीं देना। कितने ना कितने तुहानूं लगदा नहीं वी तुहानूं आपस विच लड़ाउण दा यतन कीता जाएगा? एक बन्ने बहुजन समाज पार्टी आ और दूजे बन्ने कुछ दूजे लोग ने जिहड़े कहिंदे ने वी असीं इन्हां ने गुरु ग्रंथ साहिब महाराज की बेअदबी कराई आ ते इन्हां नूं असीं अपने पिंडां विच नहीं वड़न देवांगे। बेअदबी किने करवाई है, कौन दोषी है, इहदी जिहड़ी जिम्मेवारी जिहड़ी है माननीय अदालत की है, सरकारां की है। तो साढ़े चार साल श्रोमणी अकाली दल की विरोधी सरकार बनी में हो गया है। बहुत सारिया सैट्स बनिया, बहुत सारे मतलब कमीशन बने कि वो जे जो दोषी है उन्होंने नंगे कर दे, सू इस गल का इतराज है। तो पर यह जरा पोलीटिकल स्टंट ज़्यादा ला, तो मैं समझा भी ये अदालतों की मानते हो इंसाफ दिदिया ने हिंदुस्तान दलत गल तो मैं माफ करना। चलो ठीक है, मैं बोलगा तो सवाल का जवाब देना। हिंदुस्तान शब्द जोड़ा है वो गैर संविधानक शब्द है, इस देश का ना इंडिया दैट इज भारत। तो इस करके मतलब जी मैं हिंदुस्तान शब्द मैं ता वरता भी इतने इंसाफ है नहीं लगा, मैं जिन्ना चिर भारत का संविधान है कि ठीक है भी लागू करने वाले की नीयत बदनीत है, वो सही माने से लागू नहीं कर रहे, पर भारत के संविधान से तो कोई नुकसान नहीं है। तो इस करके जिन्ना चिर भारत का संविधान मौजूद है उन्ना चिर असं उम्मीद रखते हैं कि संविधान। देखो अरविंद केजरीवाल जी ने पंजाब के पानिया के खिलाफ जिते मतलब कोशिश की है, उत्थे हुण थर्मल प्लांटा के खिलाफ कि पंजाब का जिहड़ा प्रदूषण है, पहला धुएं है जिहड़ा पराली के धुएं का कहिंदा सी, हुण उहने पंज साढ़े थर्मल प्लांट बंद करने वास्ते सुप्रीम कोर्ट च रिट पाई सी, सुप्रीम कोर्ट ने झाड़ा पाइया, तो सुप्रीम कोर्ट ने मतलब इतने इंसाफ दिता मतलब पंजाब ने। साडे नाल ने मल्ली साहब, उन्हां पासे आपां कुछ पुछण दा जतन करदे। भाई साहब जी की कहना चाहुंदे हो अज दे मुद्दे ते? मैं संत राम मल्ली, सकत्तर बहुजन समाज पार्टी पंजाब। तो मैं इस कुड़ी नूं दसना चाहुंदा है कि जो मनुवादी व्यवस्था के तहत औरत नूं पैर दी जुत्ती कहा जांदा सी, औरत नूं सन्मान नहीं दिता जांदा सी, और बाबा साहब डॉक्टर अंबेडकर दे संविधान ने औरत नूं मान सन्मान दिता जिहदी बदौलत उह अज गायिका बनी है। तो जे बाबा साहब डॉक्टर अंबेडकर औरत नूं सन्मान दिंदा उह अज गायिका बनी नज़र नहीं आउणी सी, और गायक तो अज उह लीडर बनी नज़र आउंदी है। अज उहनूं लीडर बन के इदां लगा कि जिहड़ा संविधान मनुवादी व्यवस्था औरत नूं पैर दी जुत्ती औरत नूं घटिया समझदे सी, अज औरत नूं सन्मान लेके अज उह टी सी ते चढ़ गई है। अज उन्हों लगता कि अन्ने दे पैर थले बटेरा आ गया, इस करके अन्ने दे पैर थले बटेरे वाली गल है। अज वो आपके घमंड दे विच सारा कुछ भुल गई कि इस देश के संविधान ने औरत नूं बराबरता का हक दिता है। तो असी आने वाले समय के जिहड़ी आम आदमी पार्टी है वो जो प्रधान उहदा असी घराओ करन जा रहे हैं, और अज जे फिर भी नहीं आए तो प्रशासन तो मंग करांगे कि इन्हें देश के संविधान अपमानित किया, यह देश धरोई है, ये देश धरोई का जी धारा इलाके अंदर जाना चाहिए। जय भीम जय भारत। ये सन बहुजन समाज पार्टी के कुछ नुमाइंदे जिन्होंने मोगे चौंक के जो कि गायक बीबी गगन अनमोल का पुतला फूकया और किस वेश नूं लैके इहना पुतला फूकया, ये तुहाडे सामने असीं इहनां दे विचार जिहड़े आ रख चुके हैं। तुसीं देख रहे हो दीपदावन टीवी चैनल। वाहिगुरू जी का खालसा, वाहिगुरू जी की फतेह।